ਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ। ਅਦਾਕਾਰਾ ਹਿਨਾ ਖਾਨ ਦੀ ਸਿਹਤ ਦੇ ਵਿੱਚ ਜਿਹੜਾ ਸੁਧਾਰ ਹੁੰਦਾ ਹੋਇਆ ਵਿਖਾਈ ਦੇ ਰਿਹਾ, ਬਹੁਤ ਸਾਰੀਆਂ ਵੀਡੀਓਜ਼, ਬਹੁਤ ਸਾਰੀਆਂ ਸਟੋਰੀਜ਼ ਹਿਨਾ ਖਾਨ ਆਪਣੇ ਸੋਸ਼ਲ ਮੀਡੀਆ ਤੇ ਆਏ ਦਿਨ ਪੋਸਟ ਕਰਦੇ ਰਹਿੰਦੇ ਨੇ ਤੇ ਹਾਲ ਹੀ ਦੇ ਵਿੱਚ ਹਿਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਦੋ ਸਟੋਰੀਜ਼ ਪੋਸਟ ਕੀਤੀਆਂ ਨੇ, ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਉਸ ਦੇ ਵਿੱਚ ਤੇ ਕੈਪਸ਼ਨ ਵੀ ਲਿਖੀ ਹੈ। ਕੁਝ ਦਿਨ ਪਹਿਲਾਂ ਹਿਨਾ ਖਾਨ ਨੇ ਇੱਕ ਪੋਸਟ ਸਾਂਝੀ ਕੀਤੀ ਸੀਗੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਕੀਮੋਥੈਰੇਪੀ ਤੋਂ ਬਾਅਦ ਉਹਨਾਂ ਨੂੰ ਖਾਣ ਦੇ ਵਿੱਚ ਦਿੱਕਤ ਦਾ ਕਾਫੀ ਸਾਹਮਣਾ ਕਰਨਾ ਪਿਆ ਸੀਗਾ, ਜਿਸ ਤੋਂ ਬਾਅਦ ਉਹਨਾਂ ਨੇ ਸੁਜੈਸ਼ਨਸ ਵੀ ਮੰਗੇ ਸੀਗੇ ਤੇ ਹੁਣ ਉਸ ਦੇ ਵਿੱਚ ਵੀ ਸੁਧਾਰ ਕਾਫੀ ਹਿਨਾ ਖਾਨ ਨੂੰ ਮਹਿਸੂਸ ਹੋ ਰਿਹਾ ਹੈ। ਕੈਪਸ਼ਨ ਦੇ ਵਿੱਚ ਹਿਨਾ ਖਾਨ ਕੀ ਲਿਖਦੇ ਨੇ, ਜਿਹੜੀ ਪਹਿਲੀ ਤਸਵੀਰ ਉਹਨਾਂ ਨੇ ਆਪਣੀ ਸਟੋਰੀ ਤੇ ਸਾਂਝੀ ਕੀਤੀ ਹੈ, ਹਿਨਾ ਖਾਨ ਨੇ ਪਹਿਲੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ਦਿਸ ਇਜ਼ ਫੋਰ ਈਚ ਵਨ ਯੂ, ਮਾਈ ਮਿਊਕੋਸਾਈਟਿਸ ਇਜ਼ ਮਚ ਬੈਟਰ, ਆਈ ਰੀਡ ਆਲ ਯੋਰ ਕਮੈਂਟਸ ਐਂਡ ਸੁਜੈਸ਼ਨਸ, ਯੂ ਆਲ ਹੈਵ ਬੀਨ ਅ ਗ੍ਰੇਟ ਗ੍ਰੇਟ ਹੈਲਪ, ਸੈਂਡਿੰਗ ਯੂ ਆਲ ਟਨਸ ਆਫ ਲਵ। ਮਿਊਕੋਸਾਈਟਿਸ ਜਿਹੜਾ ਹਿਨਾ ਖਾਨ ਨੇ ਸਾਂਝਾ ਕੀਤਾ ਹੈ ਕਿ ਕੀਮੋਥੈਰੇਪੀ ਤੋਂ ਬਾਅਦ ਉਹਨਾਂ ਨੂੰ ਖਾਣ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀਗਾ, ਜਿਸ ਤੋਂ ਬਾਅਦ ਹਿਨਾ ਖਾਨ ਨੇ ਸੁਜੈਸ਼ਨਸ ਮੰਗੇ ਤੇ ਬਹੁਤ ਸਾਰੇ ਲੋਕਾਂ ਨੇ ਹਿਨਾ ਖਾਨ ਨੂੰ ਸੁਜੈਸ਼ਨਸ ਵੀ ਦਿੱਤੇ ਕਿ ਕੁਝ ਉਹ ਕਰ ਸਕਦੇ ਨੇ ਤੇ ਹੁਣ ਥੋੜ੍ਹਾ ਥੋੜ੍ਹਾ ਸੁਧਾਰ ਹਿਨਾ ਖਾਨ ਦੀ ਸਿਹਤ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ। ਬਹੁਤ ਸਾਰੇ ਕਮੈਂਟਸ ਹਿਨਾ ਖਾਨ ਨੇ ਪੜ੍ਹੇ ਔਰ ਜਿਹੜਾ ਉਹ ਕਹਿ ਰਹੇ ਨੇ ਕਿ ਬਹੁਤ ਸਾਰਾ ਪਿਆਰ ਦੁਆ ਹਮੇਸ਼ਾ ਕਰਨ ਦੇ ਲਈ ਕਹਿੰਦੇ ਨੇ। ਔਰ ਇਸਦੇ ਨਾਲ ਹੀ ਹਿਨਾ ਖਾਨ ਨੇ ਇੱਕ ਹੋਰ ਤਸਵੀਰ ਆਪਣੀ ਸਾਂਝੀ ਕੀਤੀ ਹੈ, ਇਹ ਜਿਮ ਦੀ ਤਸਵੀਰ ਹੋ ਸਕਦੀ ਹੈ, ਦਿਸ ਇਜ਼ ਮੀ ਇਨ ਐਵਰੀ 10 ਮਿੰਟਸ, ਮਾਈ ਹੌਟਨੈਸ ਕਮਜ਼ ਇਨ ਫਲੈਸ਼ਿਜ਼ ਦੀਸ ਡੇਜ਼। ਹਿਨਾ ਖਾਨ ਨੇ ਇੱਕ ਇਹ ਵੀ ਤਸਵੀਰ ਜਿਹੜੀ ਸਾਂਝੀ ਕੀਤੀ ਹੈ ਕਿ ਹਰ 10 ਮਿੰਟ ਬਾਅਦ ਉਹਨਾਂ ਦੇ ਇਹ ਹਾਲ ਜਿਹੜੇ ਹੋ ਰਹੇ ਨੇ, ਸ਼ਾਇਦ ਕੀਮੋਥੈਰੇਪੀ ਕਰਕੇ ਨੇ ਜਾਂ ਜਿਹੜੀਆਂ ਦਵਾਈਆਂ ਉਹ ਲੈ ਰਹੇ ਨੇ ਜਾਂ ਜਿਹੜੇ ਟ੍ਰੀਟਮੈਂਟ ਉਹਨਾਂ ਦੇ ਚੱਲ ਰਹੇ ਨੇ, ਪਰ ਸਿਹਤ ਦੇ ਵਿੱਚ ਕਿਤੇ ਨਾ ਕਿਤੇ ਹਿਨਾ ਖਾਨ ਦਾ ਇਸ਼ਾਰਾ ਕਿ ਸਿਹਤ ਦੇ ਵਿੱਚ ਸੁਧਾਰ ਹੁੰਦਾ ਹੋਇਆ ਹਿਨਾ ਖਾਨ ਦੀ ਨਜ਼ਰ ਆ ਰਿਹਾ ਹੈ ਕਿ ਹਿਨਾ ਖਾਨ ਪਹਿਲਾਂ ਨਾਲੋਂ ਤੰਦਰੁਸਤ ਹੁੰਦੇ ਹੋਏ ਨਜ਼ਰ ਆ ਰਹੇ ਨੇ। ਪਰ ਹਿਨਾ ਖਾਨ ਦੀ ਦਾਦ ਦੇਣੀ ਪਵੇਗੀ, ਸਲਿਊਟ ਹੈ ਹਿਨਾ ਖਾਨ ਦੀ ਹਿੰਮਤ ਨੂੰ, ਕਿਉਂਕਿ ਇੰਨੀ ਮੁਸ਼ਕਿਲ ਘੜੀ ਦੇ ਵਿੱਚ ਵੀ ਹਿਨਾ ਖਾਨ ਨੇ ਕਦੇ ਵੀ ਹਿੰਮਤ ਨਹੀਂ ਹਾਰੀ ਔਰ ਹਮੇਸ਼ਾ ਆਪਣੇ ਆਪ ਨੂੰ ਮੋਟੀਵੇਟ ਰੱਖਿਆ, ਹਮੇਸ਼ਾ ਆਪਣੇ ਆਪ ਨੂੰ ਪੋਜ਼ਿਟਿਵ ਰੱਖਿਆ। ਔਰ ਇਸ ਦੇ ਨਾਲ ਹੀ ਹਿਨਾ ਖਾਨ ਨੇ ਅਕਸਰ ਕਾਫੀ ਸਾਰੀਆਂ ਵੀਡੀਓਜ਼, ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਦੇ ਵਿੱਚ ਹਿਨਾ ਖਾਨ ਜਿਮ ਕਰਦੇ ਹੋਏ ਨਜ਼ਰ ਆ ਰਹੇ ਔਰ ਇਸ ਬਿਮਾਰੀ ਦੇ ਨਾਲ ਜੂਝ ਰਹੇ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਹਮੇਸ਼ਾ ਮੋਟੀਵੇਟ ਕਰਦੇ ਹੋਏ ਹਿਨਾ ਖਾਨ ਨਜ਼ਰ ਆਉਂਦੇ ਨੇ ਤੇ ਹਿਨਾ ਖਾਨ ਦੀ ਸਿਹਤ ਦੇ ਵਿੱਚ ਸੁਧਾਰ ਜਿਹੜਾ ਹੋ ਰਿਹਾ ਹੈ, ਉਹਨਾਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ, ਉਸ ਬਾਰੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਦੱਸ ਸਕਦੇ ਹੋ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ, ਸਤਿ ਸ਼੍ਰੀ ਅਕਾਲ।